ਸਾਖੀ ਘਰ ਲਿਖਦੇ ਨੇ ਜਿਸ ਕਮਰੇ ਦੇ ਅੰਦਰ ਮੇਰੇ ਹਜ਼ੂਰ ਪ੍ਰਗਟ ਹੋਏ ਨੇ ਉਸ ਕਮਰੇ ਦੇ ਅੰਦਰ ਇੱਕ ਚਮੁਖੀਆ ਦੀਵਾ ਜਗ ਰਿਹਾ ਜੋ ਹੀ ਮੇਰੇ ਹਜ਼ੂਰ ਸੰਸਾਰ ਤੇ ਆਏ ਉਸ ਕਮਰੇ ਦੇ ਅੰਦਰੋਂ ਇੱਕ ਅਜੀਬ ਕਿਸਮ ਦੀ ਰੋਸ਼ਨੀ ਨਿਕਲੀ ਜਿਸ ਰੋਸ਼ਨੀ ਨੇ ਸਾਰੇ ਸੰਸਾਰ ਨੂੰ ਰੁਸ਼ਨਾ ਦਿੱਤਾ ਅੰਮ੍ਰਿਤ ਵੇਲਾ ਹੋਇਆ ਹੈ ਪਟਵਾਰੀ ਜੀ ਖੜੇ ਨੇ ਚਾਚਾ ਲਾਲੂ ਜੀ ਖੜੇ ਨੇ ਆਂਢ ਗੁਆਂਢ ਆ ਕੇ ਪਟਵਾਰੀ ਜੀ ਅਤੇ ਚਾਚਾ ਲਾਲੂ ਜੀ ਨੂੰ ਵਧਾਈਆਂ ਦੇ ਰਿਹਾ ਪਟਵਾਰੀ ਜੀ ਆਖਣ ਲੱਗੇ ਜਾਓ ਦੌਲਤਾਂ ਨੂੰ ਬੁਲਾ ਕੇ ਲਿਆਓ ਮੇਰੇ ਹਜ਼ੂਰ ਦੀ ਦਾਈ ਦਾ ਨਾਂ ਸੀ ਦੌਲਤਾਂ ਦੌਲਤਾਂ ਆਈ ਦੌਲਤਾਂ ਨੇ ਆ ਕੇ ਵਧਾਈਆਂ ਦਿੱਤੀਆਂ ਪਟਵਾਰੀ ਜੀ ਆਖਣ ਲੱਗੇ ਦੌਲਤਾਂ ਮੰਗ ਲੈ ਜੋ ਮੰਗੇਗੀ ਅੱਜ ਮੈਂ ਤੈਨੂੰ ਉਹ ਦਿਆਂਗਾ ਕਿਉਂਕਿ ਮੇਰਾ ਮਨ ਬੜਾ ਖੁਸ਼ ਹੈ ਮੇਰੇ ਘਰ ਵਿੱਚ ਪਰਮਾਤਮਾ ਨੇ ਚੰਨ ਵਰਗਾ ਪੁੱਤ ਦਿੱਤਾ ਹੈ ਦੌਲਤਾਂ ਆਖਣ ਲੱਗੀ ਪਟਵਾਰੀ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਟਵਾਰੀ ਜੀ ਆਖਣ ਲੱਗੇ ਦੌਲਤਾਂ ਮੈਂ ਤੈਨੂੰ ਦੂਸਰੀ ਵਾਰ ਕਹਿ ਰਿਹਾ ਮੰਗ ਲੈ ਜੋ ਮੰਗੇਗੀ ਦਿਆਂਗਾ ਦੌਲਤਾਂ ਆਖਣ ਲੱਗੀ ਪਟਵਾਰੀ ਜੀ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਤਾਂ ਹੀ ਮੰਗਾ ਪਟਵਾਰੀ ਜੀ ਆਖਣ ਲੱਗੇ ਦੌਲਤਾਂ ਮੈਂ ਤੈਨੂੰ ਤੀਸਰੀ ਵਾਰ ਆਖ ਰਿਹਾ ਤੇ ਖਾਲਸਾ ਜੀ ਜਿਹੜਾ ਜਵਾਬ ਉਸ ਵੇਲੇ ਦੌਲਤਾਂ ਦਾਈ ਨੇ ਪਟਵਾਰੀ ਜੀ ਨੂੰ ਦਿੱਤਾ ਸੀ ਉਹ ਸੁਣ ਯੋਗ ਹੈ ਦੌਲਤਾਂ ਆਖਣ ਲੱਗੀ ਵੇ ਰੱਬ ਦੀ ਬਣਾਈ ਹੋਈ ਜ਼ਮੀਨ ਨੂੰ ਝੂਠੀਆਂ ਜਰੀਬਾਂ ਨਾਲ ਵੰਡਣ ਵਾਲਿਆ ਪਟਵਾਰੀਆ ਤੂੰ ਮੈਨੂੰ ਕੀ ਦੇ ਦੇਗਾ ਕੋਲ ਚਾਚਾ ਲਾਲੂ ਜੀ ਖੜੇ ਸਨ ਆਖਣ ਲੱਗੇ ਦੌਲਤਾਂ ਮੈਨੂੰ ਘੱਟ ਖੁਸ਼ੀ ਨਹੀਂ ਹੋਈ ਮੇਰੇ ਘਰੇ ਵੀ ਭਤੀਜਾ ਹੋਇਆ ਆ ਮੇਰੀ ਹੱਟ ਤੇ ਆ ਗੱਡੇ ਭਰ ਕੇ ਰਾਸ਼ਨ ਦੇ ਲੈ ਜਾ ਪਰ ਮੈਂ ਤੇਰਾ ਹੱਥ ਨਹੀਂ ਫੜਾਂਗਾ ਤੇ ਜਿਹੜਾ ਜਵਾਬ ਦੌਲਤਾਂ ਦਾਈ ਨੇ ਚਾਚਾ ਲਾਲੂ ਜੀ ਨੂੰ ਦਿੱਤਾ ਸੀ ਉਹ ਵੀ ਸੁਣ ਯੋਗ ਹੈ ਦੌਲਤਾਂ ਆਖਣ ਲੱਗੀ ਵੇ ਰੱਬ ਦੀਆਂ ਬਣਾਈਆਂ ਹੋਈਆਂ ਵਸਤਾਂ ਨੂੰ ਝੂਠਿਆਂ ਵੱਟਿਆਂ ਨਾਲ ਤੋਲਣ ਵਾਲਿਆ ਤੂੰ ਮੈਨੂੰ ਕੀ ਦੇ ਦੇਗਾ ਦੋਵੇਂ ਭਰਾ ਹੈਰਾਨ ਹੋ ਗਏ ਪਟਵਾਰੀ ਜੀ ਨੇ ਹੌਸਲਾ ਕੀਤਾ ਆਖਣ ਲੱਗੇ ਦੌਲਤਾਂ ਰਾਤੀ ਕਿਤੇ ਡਾਕਾ ਤੇ ਨਹੀਂ ਮਾਰ ਲਿਆ ਦੌਲਤਾਂ ਆਖਣ ਲੱਗੀ ਨਹੀਂ ਪਟਵਾਰੀ ਜੀ ਮੈਂ ਡਾਕਾ ਨਹੀਂ ਮਾਰਿਆ ਤੇ ਫਿਰ ਕੱਲ ਤੂੰ ਟਕੇ ਟਕੇ ਦੀ ਮਥਾਸ ਸੈਨ ਸਾਡੇ ਘਰਾਂ ਵਿੱਚੋਂ ਟੁੱਕ ਮੰਗਦੀ ਫਿਰਦੀ ਸੈਂ ਅੱਜ ਉੱਛ ਰਹੀ ਹੈ ਤੇ ਜਿਹੜਾ ਜਵਾਬ ਉਸ ਵੇਲੇ ਦੌਲਤਾਂ ਦਾਈ ਨੇ ਪਟਵਾਰੀ ਜੀ ਨੂੰ ਅਤੇ ਚਾਚਾ ਲਾਲੂ ਜੀ ਨੂੰ ਦਿੱਤਾ ਸੀ ਉਹ ਵੀ ਸੁਣ ਯੋਗ ਹੈ ਦੌਲਤਾਂ ਆਖਣ ਲੱਗੀ ਵੇ ਪਟਵਾਰੀਆ ਵੇ ਮੈਂ ਡਾਕਾ ਨਹੀਂ ਮਾਰਿਆ ਤੇਰੇ ਹੋਣ ਵਾਲੇ ਪੁੱਤ ਦੇ ਚਰਨ ਛੂ ਕੇ ਜੋ ਮੈਨੂੰ ਨਸੀਬ ਹੋਇਆ ਉਹ ਕਿਸੇ ਨੂੰ ਸੱਤਾਂ ਬਾਦਸ਼ਾਹੀਆਂ ਦਾ ਧਨ ਮਿਲਿਆ ਵੀ ਨਹੀਂ ਮਿਲਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੇਰੇ ਹਜ਼ੂਰ ਦਾ ਨਾਂ ਨਾਨਕ ਰੱਖਿਆ ਗਿਆ ਮੇਰੇ ਹਜ਼ੂਰ ਨੇ ਬਚਪਨ ਵਿੱਚ ਬੜੇ ਚੋਜ ਕੀਤੇ ਅਵਸਥਾ 9 ਵਰਿਆਂ ਦੀ ਹੋਈ ਅੱਜ ਮੇਰੇ ਹਜ਼ੂਰ ਨੂੰ ਜਨੇਊ ਧਾਰਨ ਕਰਾਉਣ ਦੀ ਰਸਮ ਅਦਾ ਹੋਣੀ ਘਰ ਵਿੱਚ ਪਕਵਾਨ ਪੱਕ ਰਹੇ ਨੇ ਰਿਸ਼ਤੇਦਾਰ ਆ ਗਏ ਨੇ ਪੰਡਿਤ ਜੀ ਆਏ ਮੇਰੇ ਹਜ਼ੂਰ ਦੇ ਇਸ਼ਨਾਨ ਕਰਵਾਏ ਗਏ ਪੰਡਿਤ ਜੀ ਨੇ ਜਨੇਊ ਮੇਰੇ ਹਜ਼ੂਰ ਦੇ ਹਵਾਲੇ ਕਰਦੇ ਹੋਇਆ ਆਖਿਆ ਨਾਨਕ ਜੀ ਨੂੰ ਪਹਿਨੋ ਨਾਨਕ ਜੀ ਆਖਣ ਲੱਗੇ ਪੰਡਿਤ ਜੀ ਕੀ ਹੈ ਜਨੇਊ ਮੇਰੇ ਨਾਲ ਅਗਲੀ ਦਰਗਾਹ ਵਿੱਚ ਆਏਗਾ ਪੰਡਿਤ ਜੀ ਆਖਣ ਲੱਗੇ ਨਹੀਂ ਮੇਰੇ ਹਜ਼ੂਰ ਆਖਣ ਲੱਗੇ ਪੰਡਿਤ ਜੀ ਇੱਕ ਜਨੇਊ ਮੇਰੇ ਕੋਲੇ ਉਹ ਇਨਸਾਨ ਦੇ ਨਾਲ ਅਗਲੀ ਦਰਗਾਹ ਵਿੱਚ ਜਾਏਗਾ ਦਇਆ ਕਪਾ ਸੰਤੋਖ ਸੂਤ ਜਤ ਕੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਤਨ ਸੁਮਾਨ ਸਨਾਨ ਕਾ ਜੋ ਗਲ ਚੱਲੈ ਪਾਏ ਪੰਡਤਾ ਤੂੜੇ ਭਾਵੇਂ ਕੂੜੇ ਪੰਡ
ਸਾਡੇ